ਚਲੋ ਚਲੋ ਵੀ ਅਸੀਂ ਨਾ ਚੋੜੇ ਬਾਜ਼ਾਰ 'ਚ ਘੁੰਮ ਰਹੇ ਹਾਂ। ਇਹ ਹੁਣ ਨਾ ਫਰਵਰੀ ਤੱਕ ਜਦੋਂ ਤੱਕ ਠੰਡ ਪੈਣੀ ਆ ਇੱਥੇ ਜਾਣ ਕੇ ਭੀੜ ਭੜੱਕਾ ਰਹਿਣਾ ਇੱਥੇ। ਉਹ ਸਾਰੇ ਜਿੰਨੇ ਲਾਗਲੇ ਪਿੰਡ ਨੇ ਮੋਗਾ ਜਗਰਾਓ ਚੋਰ ਚੱਕੇ ਵਿੱਚ ਨੇ ਸਾਰੇ ਨੇ, ਹਾਂ ਸਾਰੇ ਨੇ। ਬਾਕੀ ਛੋਟੇ ਛੋਟੇ ਰੇਹੜੀਆਂ ਜਿਹੜੀਆਂ ਨੇ, ਕਿਉਂਕਿ ਲੋਕ ਇਹ ਜਿਹੜਾ ਬਾਜ਼ਾਰ ਬਣ ਚੁੱਕਾ ਹੈ ਚਾਂਦਨੀ ਚੌਂਕ ਚਾਵੜੀ ਬਾਜ਼ਾਰ ਪੁਰਾਣੀ ਦਿੱਲੀ ਜਿੱਦਾਂ ਹੈਗੀ ਉਦੀ ਹੈ, ਜਾਣੀ ਕਿ ਪੁਰਾਣਾ ਸ਼ਹਿਰ ਜਿਹੜਾ ਲੁਧਿਆਣੇ ਦਾ ਵਾ। ਆਹ ਦੇਖੋ ਵਿੱਚੇ ਰੇਹੜੀਆਂ ਨੇ, ਵਿੱਚੇ ਮੋਟਰਸਾਈਕਲ ਨੇ, ਵਿੱਚੇ ਵਿੱਚ ਸਭ ਲੱਗੇ ਹੋਏ ਨੇ। ਅਤੇ ਮੈਂ ਬੰਟੀ ਨੂੰ ਕਿਹਾ ਯਾਰ ਵਿਖਾ ਦੇ ਯਾਰ ਹੈਂ। ਔਰ ਜੇ ਲੁਧਿਆਣਾ ਸ਼ਹਿਰ ਹੈ ਪੰਜਾਬ ਕਾ, ਔਰ ਯਹਾਂ ਪਰ ਜੇ ਸੰਡੇ ਮੰਡੀ ਲੱਗਦੀ ਹੈ, ਯਹਾਂ ਸੰਡੇ ਬਾਜ਼ਾਰ ਲਗਾ ਹੋਇਆ ਹੈ। ਲੇਕਿਨ ਤਿਉਹਾਰ ਹੋਣੇ ਕੇ ਕਾਰਨ ਦਿਵਾਲੀ 4-5-6 ਰੋਜ਼ ਕੇ ਬਾਅਦ ਹੈ, ਯਹਾਂ ਭੀੜ ਭੜੱਕਾ ਲਗਾ ਹੋਇਆ ਹੈ। ਔਰ ਦੇਖੀਏ ਉਹ ਦੇਖੀ ਯਹਾਂ ਪਰ ਛੋਟੀ ਛੋਟੀ ਦੁਕਾਨੇ, ਔਰ ਜੇ ਬਾਜ਼ਾਰ ਜੋ ਆਪਕੋ ਦਿਖਾ ਰਹੇ ਹਮ ਲੋਕ, ਮੈਨੇ ਸੋਚਿਆ ਯਾਰ ਦਿਖਾਈ ਦੇਤੇ ਹੈ ਕਿਸੀ ਲੀਡਰ ਕੀ ਜੋ ਇੰਟਰਵਿਊ ਹੋਤੇ ਉਸ ਕੋਲ ਕਮ ਲੋਕ ਦੇਖਤੇ ਹੈ, ਲੇਕਿਨ ਬਾਜ਼ਾਰ ਜੇ ਭੀੜ ਭੜੱਕਾ ਲੋਕ ਜ਼ਿਆਦਾ ਦੇਖ ਲੈਤੇ ਹੈ ਛੋਟੇ ਬਾਜ਼ਾਰ ਘੰਟਾ ਘਰ ਕੇ ਪਾਸ ਹੈ ਹਮ ਲੋਕ। ਉਹ ਦੇਖੀਏ ਲੋ ਵੀ ਹੁਣ ਆ ਬੱਬੂ ਕੁਛ ਹੋਰ ਸਮਾਨ ਲੈ ਕੇ ਆ ਗਿਆ ਦੇਖ। ਆ ਬੱਬੂ ਨੇ ਕੀ ਲੈ ਕੇ ਆ ਬੱਬੂ ਦੇਖ, ਹਾਂ ਅੱਛਾ ਕਿਰਾਏ 'ਤੇ ਚੜ੍ਹਾ ਤੀ, ਕਿਰਾਏ 'ਤੇ ਚੜ੍ਹਾ ਤੀ, ਹਾਂ ਕੀ ਹਾਲ ਹੈ ਤੇਰਾ, ਵਾਜਾ ਮਾਰੋ ਜਰਾ ਉੱਚੀ। और देखिए जहाँ पर इस समय हम चोड़ा बाजार में है, संडे मार्केट होती है जो बाजार में लगती है। और देखिए यहाँ इस समय भीड़ भड़का बहुत है, और ये देखिए ये पूरा बाजार जो है इस समय भीड़ भड़के गए आगे 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 है। और हम चलते चलते पहुंच गए अपने दोस्त के पास। चलो आगे चलते हैं, फिर बाद में आते हैं। इधर ब्लॉग बना रहे ही ब्लॉग बना रहे हम लोग। ये देखिए सारा लुधियाना शहर, मोगा, जगराओ, फिरोजपुर, नवा शहर, ये सारे इधर आते हैं लुधियाना में शॉपिंग करने के लिए। हम जा रहे हैं बिजली मार्केट की तरफ। लग गया जाम, और पास ही कतवाली पुलिस स्टेशन है यहाँ पे, लेकिन ट्रैफिक कंट्रोल करने वाला कोई नहीं यहाँ पे। लोग हाँ हाँ निकलेंगे धीरे धीरे करके, इस लाइन में हो गया। लगाओ लगाओ लगाओ, न्यूज़ इकट्ठी करना, हां न्यूज़ इकट्ठी कर, देख रहे किधर आए हो, किधर जाओ। इत्थों ही आया भाई, आ जा भाई, हट, मैं तो पत्रकार आया, मेरी गल नहीं। नहीं कोई गल नहीं, पत्रकार आ पत्रकार जे टकरा होंदा ना ते गल बात बन जांदी हैगी है। असि तां ब्लॉगर आ भाई, पत्रकार आ ते ब्लॉगर आ, असि ब्लॉग बनाने आ। भर गया किदा भरिया, इह भरिया किदा है दस्सदा दे, बोल दे। ਅਸੀਂ ਭਾਅ ਜੀ ਬਲੋਗਰ ਹਾਂ, ਪੱਤਰਕਾਰ ਕਹਿੰਦੇ ਸਮਝ ਸ਼ਰਮ ਆਉਂਦੀ ਹੈ ਸਾਨੂੰ, ਲੋਕ ਕਹਿੰਦੇ ਯਾਰ ਪੱਤਰਕਾਰ ਤਾਂ 200 ਰੁਪਏ ਦੀ ਮਾਰ ਆ ਅੱਜ ਕੱਲ੍ਹ, ਬੇਇੱਜ਼ਤੀ ਹੁੰਦੀ ਆ ਪੱਤਰਕਾਰ ਕਹਿੰਦੇ ਹੋਏ। ਉਹ ਕਹਿੰਦੇ ਯਾਰ ਤਾਂ 200-500 ਰੁਪਏ ਮੰਗਦੇ ਨੇ। ਲੋ ਵੀ ਹੌਲੀ ਹੌਲੀ ਕਰਕੇ ਚੱਕਲਾ ਕੈਮਰਾ ਉੱਤੇ ਜਰਾ, ਚੱਕਲਾ ਚੱਕਲਾ ਉੱਤੇ ਨੂੰ ਜਰਾ, ਮੋਬਾਈਲ ਹੀ ਬਚਾ ਕੇ ਰੱਖਿਓ ਆਪਣੇ। ਚੱਲ ਰਾਜਾ ਲੰਘ ਗਿਆ ਯਾਰ, ਤੂੰ ਕੀ ਗੱਲ ਹੈਗੀ, ਦੁਨੀਆਂ ਜਾ ਰਹੀ ਆ, ਹਾਂ ਹੋਰ ਕੀ, ਐਵੇਂ ਡਰੀ ਜਾਣ ਡਿਆ ਹੈਗਾ ਬਹੁਤ। ਹਾਂ ਇੱਧਰ ਆਜਾ ਮੇਰੇ ਨਾਲ,
ਮੇਰੇ ਨਾਲ ਟੁਰ ਜਾ ਤੂੰ ਘਰੋਂ ਮੈਨੂੰ ਸੱਦਿਆ ਗਿਆ ਮੇਰੇ ਘਰ ਸੁਣਾਉਣ ਲੱਗਾ ਸੀ ਅੱਜ ਮੈਨੂੰ ਬੁਲਾ ਕੇ ਲੈ ਕੇ ਆਇਆ ਘਰੋਂ ਆ ਜਾ ਭਾਈ ਵੀਡੀਓ ਬਣਾਈ ਹੈ ਕਾਕੇ ਇੱਥੇ ਨਿਕਲਣਾ ਪੈਣਾ ਇੱਧਰ ਸਾਈਡ 'ਤੇ ਸੀ ਉੱਧਰ ਆ ਤੂੰ ਉਹ ਨਿਕਲ ਵੀ ਗਏ ਬੰਦੇ ਅੱਗੇ ਇੱਧਰ ਆ ਇੱਧਰ ਆ ਇਸ ਲਾਈਨ 'ਚੋਂ ਨਿਕਲ ਇੱਧਰ ਵੀ ਲਾਇਆ ਜਿੱਥੇ ਬਟੂਆ ਬਟੂਆ ਕੱਢਦੇ ਹੁੰਦੇ ਇੱਧਰ ਥੱਲੇ ਵੀ ਲਗਾ ਕੇ ਦੇਖ ਯਾਰ ਇਹ ਤਾਂ ਵਿਹਲੇ ਖੜੇ ਨੇ ਇੱਧਰ ਆ ਤੂੰ ਇਹਨੇ ਇੱਧਰ ਨੂੰ ਜਾਣਾ ਸਾਰੇ ਨੇ ਇਹਨੇ ਇੱਧਰ ਨੂੰ ਜਾਣਾ ਸਾਰੇ ਨੇ ਇੱਧਰ ਆ ਹਾਂ ਆ ਨਿਕਲੀ ਜਾਂਦੇ ਹੌਲੀ ਹੌਲੀ ਕਰਕੇ ਇੱਧਰ ਆ ਮੇਰੇ ਅੱਗੇ ਆ ਯਾਰ ਇੱਥੇ ਆ ਇੱਥੇ ਆ ਚੱਲ ਅੱਗੇ ਅੱਗੇ ਚੱਲ ਚੱਲ ਅੱਗੇ ਚੱਲ ਅੱਗੇ ਲਾ ਲਾ ਕੇ ਹੱਥ ਲਾ ਲਾ ਕੇ ਕੱਢੀ ਚੱਲ ਅੱਗੇ ਜਰਾ ਆ ਜੇ ਅੱਗੇ ਨਿਕਲੋ ਇੱਧਰ ਦੇਖ ਜਰਾ ਇੱਧਰ ਸਾਈਡ ਤੋਂ ਇੱਧਰ ਦੇਖ ਪਿੱਛੇ ਹੋ ਜਰਾ ਆ ਦੇ ਕੋਈ ਬੰਦੇ ਡਰਦੇ ਭੀੜ ਤੋਂ ਕਰਾਊਡ ਹੈ ਕਰਾਊਡ ਚੱਲ ਉੱਪਰ ਜਾ ਕੇ ਚੱਕ ਚੱਕ ਜਾ ਉੱਥੇ ਕੈਮਰਾ ਹੁਣ ਹੋਰ ਜੀ ਕੀ ਹਾਲ ਏ ਚੱਲ ਚੱਕ ਜਾ ਉੱਥੇ ਲੋ ਜੀ ਇਹ ਕੰਟਰੋਲ ਦੇਖ ਲਓ ਤੁਸੀਂ ਚੋੜੇ ਬਾਜ਼ਾਰ ਦਾ ਜਦੋਂ ਵੀ ਲੰਘੀ ਦਾ ਅਸੀਂ ਵਿਖਾ ਦਿੱਤੇ ਤੁਹਾਨੂੰ ਕੋਈ ਇੱਥੇ ਪ੍ਰਸ਼ਾਸਨ ਨਹੀਂ ਹੈਗਾ ਕੋਈ ਇੱਥੇ ਸ਼ਾਸਨ ਨਹੀਂ ਹੈਗਾ ਨਾ ਇੱਥੇ ਕੋਈ ਰੋਕਣ ਵਾਲਾ ਨਾ ਕੋਈ ਟੋਕਣ ਵਾਲਾ ਆਹ ਨਿਊਜ਼ ਤਾਂ ਆਪਣਾ ਭਾਜੀ ਮੈਂ ਦੇਖਾਂ ਕਾਰਡ ਹੈਗਾ ਤਾਂ ਕਾਕੇ ਤਾਂ ਦਿਖਾ ਬਾਊ ਜੀ ਕਹਿੰਦੇ ਕਿਹੜਾ ਨਿਊਜ਼ ਆ ਪਿੱਛੇ ਮਾਰੋ ਬਾਊ ਜੀ ਵੱਲ ਬਾਊ ਜੀ ਨਾ ਆਪਾਂ ਕਾਰਡ ਦੇਣ ਲੱਗੇ ਹੈਗੇ ਆ ਬਾਊ ਜੀ ਦੇਖ ਲਈਓ ਹੋਰ ਕੀ ਹਾਲ ਹੈ ਤੇਰਾ ਕਿਹੜੇ ਬਜ਼ਾਰ ਹੋਇਆ ਕਿਹੜੀ ਜਗ੍ਹਾ ਤੋਂ ਆਇਆ ਲੁਧਿਆਣੇ ਤੋਂ ਹੀ ਆ ਜੀ ਸਮਲਾਪੁਰੀ ਘਾਸ ਤੋਂ ਢੰਡਾਰੀ ਕਲਾ ਤੋਂ ਆਪਾਂ ਇੱਧਰੋਂ ਆਏ ਆ ਜੀ ਸਮਰਾਲਾ ਚੌਂਕ ਵਾਲੀ ਸਮਰਾਲਾ ਚੌਂਕ ਵਾਲੇ ਪਾਸੋਂ ਆਏ ਹੈਗੇ ਹੋ ਚਲੋ ਠੀਕ ਆ ਲੁਧਿਆਣੇ ਇੱਥੇ ਆਏ ਟੁੱਕਿਆ ਹੋਇਆ ਵਾ ਬਹੁਤ ਜਾਮ ਆ ਕੰਮ ਕਿੱਥੇ ਚੱਲੂਗਾ ਹਾਂ ਆ ਫੋਰ ਵੀਲਰ ਵਿੱਚ ਵੜੇ ਹੋਏ ਨੇ ਹੈਂ ਪੈਦਲ ਚੱਲਣਾ ਔਖਾ ਭਾਜੀ ਇੱਥੇ ਦਾ ਚੈਨਲ ਸਬਸਕ੍ਰਾਈਬ ਕਰ ਦਿਓ ਦੋਸਤੋ ਕੀ ਹਾਲ ਹੈ ਤੇਰਾ ਕਿਹੜੀ ਜਗ੍ਹਾ ਤੋਂ ਆਇਆ ਮੈਂ ਫਲੋਰ ਤੋਂ ਫਲੋਰ ਤੋਂ ਆਇਆ ਹਾਂ ਕੀ ਖਰੀਦਿਆ ਫਿਰ ਅੱਜ ਕੁਛ ਵੀ ਨਹੀਂ ਅਜੇ ਤਾਂ ਕੱਪੜੇ ਖਰੀਦਦਾ ਪਿਆ ਬਹੁਤ ਵਧੀਆ ਰੌਣਕ ਲੱਗੀ ਆ ਹਾਂ ਰੌਣਕ ਲੱਗੀ ਆ ਰੌਣਕ ਵੇਖਣ ਆਇਆ ਤੂੰ ਹੈ ਚੱਲ ਚੈਨਲ ਵੀ ਵੇਖੇ ਤੂੰ ਲੋ ਯਾਰ ਪੁਲਿਸ ਹੈਗੀ ਇੱਥੇ ਅਜੇ ਤਾਂ ਸੋਚੇ ਹੈ ਹੀ ਨਹੀਂ ਵਾਹ ਜੀ ਵਾਹ ਹੈਂ ਕੀ ਹਾਲ ਏ ਮੈਂ ਤਾਂ ਕਿਹਾ ਕੋਈ ਹੈ ਹੀ ਨਹੀਂ ਇਸ ਤੋਂ ਪਿੱਛੇ ਬੋਲੀ ਹੈਗੇ ਆ ਮੈਂ ਕਿਹਾ ਪੁਲਿਸ ਹੈ ਹੀ ਨਹੀਂ ਹੈ ਹੀ ਪਰ ਹੈ ਤਾਂ ਪੁਲਿਸ ਖੜੀ ਹੈ ਚੌਂਕ ਵਿੱਚ ਹੈਂ ਆ ਜਾਓ ਕੇ ਆ ਜਾਓ ਜਰਾ ਲਓ ਯਾਰ ਬਾਜ਼ਾਰ ਖਾਲੀ ਹੋ ਗਿਆ ਚੋੜੇ ਬਾਜ਼ਾਰ 'ਚ ਭੀੜ ਸੀਗੀ ਕਿਤਾਬ ਬਾਜ਼ਾਰ ਵਿੱਚ ਸੀ ਨਾ ਕਿਹੜੇ ਪਾਸੇ ਦੁਕਾਨ ਆ ਉਹ ਬਾਲ ਪੇਪਰ ਵਾਲੀ ਕਿਹੜੀ ਦੁਕਾਨ ਸੀਗੀ ਅੱਗੇ ਆ ਬੜਾ ਜ਼ੋਰ ਲੱਗ ਰਿਹਾ ਬਸ ਹੋ ਗਈ ਬਸ ਹੋ ਗਈ ਹੈਗੀ ਇਕੱਲਾ ਬੰਦਾ ਕੀ ਕਰੂਗਾ ਨਹੀਂ ਹਟਦੇ ਨਹੀਂ ਹੈਗੇ ਬੁਰਾ ਹਾਲ ਆ ਰਾਹ ਰੋਕਦੇ ਰਾਹ ਜਾਓ ਜਾਣ ਤਾਂ ਨਹੀਂ ਇਹੀ ਆ ਬਾ ਇਹ ਡੰਗੇ ਨੇ ਡੰਗਰ ਡੰਗਰਾਂ ਵਾਕਰੇ ਹੱਕ ਨੇ ਪੈਂਦੇ ਆ ਇਹ ਡੰਗਰ ਵੀ ਵਧੀਆ ਨੇ ਹਾਂ ਡੰਗੇ ਤਾਂ ਫੇਰ ਮੰਨ ਜਾਂਦੇ ਆ ਮੰਨਦੇ ਨਹੀਂ ਹੈਗੇ ਅੱਗੇ ਕਿਲਾ ਸਕੂਟਰ ਮੋੜਨ ਲਈ ਆ ਹਾਂ ਇਹਦੇ ਵੀ ਮਾਰ ਲੈ ਕੈਮਰਾ ਆ ਮਾਰਤਾ ਮਾਰਤਾ ਇੱਧਰ ਵੀ ਹਾਂ ਆ ਜਾ ਹੋ ਜਾ।